ਖਸ ਮੇਰੇ ਹਰ ਜਿਉ ਸਭ ਕੋ ਤੇਰੇ ਵਸ ਤੇਰੇ ਵਸ ਸਭ ਕੋ ਤੇਰੇ ਵਸ ਸ਼ਾਂਤ ਸੁਖਮਨ ਆਏ ਵਸਿਆ ਜਿਨ ਵਿੱਚਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਮਿਟੋ ਜਿਤੀਆਂ ਇਹ ਵੰਡਿਆਈਆਂ ਕਹੈ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆ ਨੂੰ ਸੱਚਾ ਨਾਮ ਮਿਲਾਇਆ ਧਾਰੋ ਵਾਜੇ ਪੰਚ ਸ਼ਬਦ ਤਟਕਾਰ ਸੁਭਾਗੈ ਹਰ ਸੁਭਾਗੈ ਸ਼ਬਦ ਵਾਜੇ ਗਾਲਾ ਜਪ ਕਰ ਤਾਰਿਆ ਪੰਚ ਦੂਤ ਤੁਧ ਵਸ ਕੀਤੇ ਗਾਲ ਕੰਤ ਕੁਮਾਰਿਆ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੈ ਸਾਧਨ ਪਹਿ ਸੱਸੇ ਪੂਰੇ ਗੁੱਤੇ ਜਾਂ ਸੁਣ ਕੇ ਪੁਨੀਤ ਕੈ ਦੇਵ ਵਿੱਚ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਥ ਗੁਰ ਚਰਨ ਲਾਗੇ ਪਾਚੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹੱਤ
ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚਾ ਤਨ ਮਹਾਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤਾਕ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਾਵਤੀ ਜੀ ਸਹਾਈ ਵਾਰ ਸ਼੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਇ ਤੇਗ ਬਹਾਦਰ ਸਿਮਰੀਐ ਘਰ ਨੋ ਨਿਧਿਆ ਵੈ ਧਾਈ ਸਪਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਪਥਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ ਇਹ ਜਾਪ ਕਰਵਾਏ ਨੇ ਦਤਾਰ ਪਾਤਸ਼ਾਹ ਮਾਤਾ ਗੁਰਮੀਤ ਕੌਰ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰਸਿੱਖੀ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕੀਤੀ। ਮਹਾਰਾਜ ਆਪ ਜੀ ਦਾ ਆਮ ਗੁਰਸਿੱਖੀ ਜੀਵਨ ਜੀਂਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ। ਸੱਚੇ ਪਾਤਸ਼ਾਹ ਖਿਮਾ ਕਰਨਾ ਮਹਾਰਾਜ, ਕਿਰਪਾ ਕਰਨੀ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਣਾ। ਮਾਤਾ ਜੀ ਦੇ ਨਿਵਿੱਤ ਪੜ੍ਹੀ ਹੋਈ ਬਾਣੀ ਦਾ ਭਾਵ ਉਸ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਆਵਾਗਾਉਣ ਦੇ ਚੱਕਰਾਂ ਵਿੱਚੋਂ ਕੱਢ ਦੇਣਾ। ਸੱਚੇ ਪਾਤਸ਼ਾਹ ਦਇਆ ਕਰਨੀ, ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ। ਸੱਚੇ ਪਾਤਸ਼ਾਹ ਸਾਰੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਗੁਰਬਾਣੀ ਪੜ੍ਹਦਿਆਂ ਜਾਪ ਕਰਦਿਆਂ ਅਸੀਂ ਕਈ ਭੁੱਲਾਂ ਕਰ ਬੈਠੇ ਹੋਵਾਂਗੇ। ਸਾਡੀਆਂ ਅਣਜਾਣ ਜੀਵਾਂ ਦੀਆਂ ਭੁੱਲਾਂ ਬਖਸ਼ ਦੇਣੀਆਂ। ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ, ਧਨਾਸਰੀ ਮਹਿਲਾ ਪੰਜਵਾਂ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ, ਤੁਮ ਦਾਤੇ ਠਾਕੁਰ ਪ੍ਰਤਪਾਲਕ, ਨਾਇਕ ਖਸਮ ਹਮਾਰੇ, ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ, ਹਮ ਬਾਰਕ ਤੁਮਰੇ ਧਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ ਕਿਸੇ ਵੇਲੇ ਅਸੀਂ ਬੱਚੇ ਦੇ ਜਨਮਦਿਨ ਦੇ ਵਾਲੇ ਦਿਨ ਨਾਰ ਖਾਉਣ ਵਾਸਤੇ ਸਤਿਗੁਰੂ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾਂਦੇ ਹਾਂ। ਦੂਜਾ ਜ਼ਿੰਦਗੀ 'ਚ ਪੜਾਅ ਆਉਂਦਾ ਉਹੀ ਪ੍ਰਾਣੀ, ਚਾਹੇ ਮਾਈ ਹੋਵੇ ਭਾਈ ਹੋਵੇ, ਉਹ ਆਨੰਦ ਕਾਰਜ ਵਾਲੇ ਦਿਨ ਜੁੜਾਨ ਹੁੰਦੀ ਹੈ। ਅੱਜ ਬੜੀਆਂ ਬੜੀਆਂ ਮਹਾਨ ਸ਼ਖਸੀਅਤਾਂ, ਪਾਰਟੀਆਂ ਦੇ ਲੀਡਰ ਸਾਹਿਬਾਨ, ਧਾਰਮਿਕ, ਸਮਾਜਿਕ, ਰਾਜਨੀਤਿਕ ਸਾਰੇ ਆਏ ਨੇ। ਪਰਿਵਾਰ ਵੱਲੋਂ, ਦਾਸਾਂ ਦੇ ਜਥੇ ਵੱਲੋਂ, ਸਾਰੀ ਸੰਗਤ ਦਾ, ਸਾਰੇ ਰਾਜਨੀਤਿਕ ਲੀਡਰਾਂ ਦਾ, ਸਮੁੱਚਾ ਜੀ ਆਇਆਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਸਰਦਾਰ ਨਿਰਮਲ ਸਿੰਘ, ਸਵਰਗੀਯ ਸਰਦਾਰ ਕੁਲਵਿੰਦਰ ਸਿੰਘ ਜੀ ਹੁਣਾਂ ਦੀ ਮਾਤਾ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਆਪਣੇ ਰਜੀਵਿਆਂ ਭਰੀ ਜ਼ਿੰਦਗੀ ਨੂੰ ਕੱਢ ਕੇ ਦੁੱਖ ਦੇ ਨਾਲ ਸਾਂਝੇ ਹੋਏ ਹਾਂ, ਸ਼ਰੀਕ ਕੀਤਾ। ਤੇਰੇ ਵਸ
ਸਭ ਜੀਉ ਪਿੰਡ ਦਿਆ ਤੂੰ ਦਿਆ ਹਰ ਕੀ ਵਡਿਆਈ ਹੋ ਆਖ ਨਾ ਸਾਕੋ ਹੋ ਮੂਰਖ ਮੁਗਦ ਨੀ ਜਾਣ ਹਰ ਕੀ ਵਡਿਆ ਮੇਰੇ ਹਰ ਜੀਉ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਸਭ ਕੋ ਤੇਰੇ ਵਸ ਮੇਰੇ ਹਰ ਜੀਉ ਗੁਰਮੀਤ ਕੌਰ ਤੇਰਾ ਦੀ ਅੰਤਰ ਦਾ ਸੁੱਕ ਬੈਠੀ ਹਾਂ ਸੋ ਆਓ ਦਾਸਾਂ ਦੇ ਇਤਿਹਾਸ ਜੋ ਪ੍ਰਵਾਨ ਕਰਨ ਜੀ ਮੇਰੇ ਤੋਂ ਬਾਅਦ ਹੁਣ ਬੜੇ ਸਤਿਕਾਰਯੋਗ ਦਰਬਾਰ ਸਾਹਿਬ ਸ੍ਰੀ ਅੰਮ੍ਰਿਤਸਰ ਦੇ ਹਰੀ ਰਾਗੀ ਭਾਈ ਸਰਪੰਚ ਨਾਮ ਸਿੰਘ ਜੀ ਆਪ ਸੰਗਤ ਦੀ ਸਦਸਿਆ ਵਿੱਚ ਹਾਜ਼ਰ ਹਨ ਸੋ ਆਓ ਉਹਨਾਂ ਪਾਸੋਂ ਪਸੰਦ ਦੀ ਜੋ ਸਰਵਣ ਕਰੀਏ ਜੀ ਆਓ ਫਤਿਹ ਬੁਲਾਈਏ ਇੱਥੇ ਹੀ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੈ ਪਾਸੋ ਲੱਗ ਗਏ ਤੂੰ ਅਜਨਾਪ ਤੀਨਿਓ ਹਰਿਦਾ ਬੈਠਾ ਕੇਲ ਕਰੇ ਖੇਲ ਕਰਿੰਦੇ ਹੰਝਲੋ ਖੇਲ ਕਰਿੰਦੇ ਹੰਝਲੋ ਅਚਿੰਤੇ ਬਾਜ ਪਏ ਬਾਜ ਪਏ ਤਿਸ ਰੱਬ ਦੇ ਖੇਲਾ ਵਿਸਰੀਆ ਜੋ ਮਨ ਚਿਤ ਨਾ ਚਿਤੇ ਸੰ ਸੋ ਗੱਲ ਨੀ ਰੱਬ ਕੀਆ ਜੋ ਆਇਆ ਸੋ ਚੱਲ ਸੀ
ਸਭ ਕੋਈ ਆਈ ਵਾਰੀ ਹੈ ਜੋ ਆਇਆ ਸੋ ਚੱਲ ਸੀ ਸਭ ਕੋਈ ਆਈ ਵਾਰੀ ਹੈ।
ਸਾਹਿਬ ਮਨੋਗ ਸਾਰੀਐ ਸਭ ਕੋਈ ਆਈ ਵਾਰੀਐ ਸਤਿਗੁਰ ਕੈ ਪਾਣ ਹੈ ਚਲ ਮਨ ਮੇਰੇ ਸਤਿਗੁਰ ਕੈ ਪਾਣ ਹੈ ਚਲ ਸਤਿਗੁਰ ਕੈ ਪਾਣ ਹੈ ਚਲ ਸਤਿਗੁਰੂ ਕਿਨੇ ਨਾ ਪਾਇਓ
ਦੁੱਖ ਮੈਂ ਨਾ ਉਤਰੇ ਜਿਚਰ ਗੁਰ ਸ਼ਬਦ ਨਾ ਕਰੇ
ਸੱਚਾ ਰੰਗ ਨਾ ਉਤਰੇ ਜੋ ਸੱਚ ਰਤੇ ਨਿਵਲਾ ਸਾਰੇ ਪ੍ਰਾਣੀ ਕਿਆ ਮੇਰਾ
ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਥ ਬਸੇਰਾ ਤਰਵਰ ਪੰਥ ਬਸੇਰਾ ਜੈਸੇ ਤਰਵਰ ਪੰਥ ਬਸੇਰਾ ਤਰਵਰ ਪੰਥ ਬਸੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਜਲ ਕੀ ਪੀਤ ਪਵਨ ਕਾ ਥੰਬਾ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੂੰਦ ਕਾ ਜੈਸੇ ਤਰਵਰ ਪੰਥ ਬਸੇਰਾ ਤਰਵਰ ਪੰਥ ਬਸੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਪ੍ਰਾਣੀ ਕਿਆ ਮੇਰਾ ਕਿਆ ਤੇਰਾ ਉੱਚੇ ਮਨ ਮਿਲ ਜਾਤ ਕਮੀਨੀ
ਸ਼ਰਨਾਗਤ ਰਾਜਾ ਰਾਮ ਚੰਦ ਤੁਮ ਕਹਿ ਰਵਿਦਾਸ ਜਮਾਤ ਜੈਸ ਤਰਵਰ ਪੰਖ ਬਸੇਰਾ ਜਾਏ ਸੁੱਤੇ ਜੀਰਾ
ਸਜਣ ਮੇਰੇ ਰੰਗ ਲੈ
ਸਜਨ ਮੇਰੇ ਰੰਗ ਲੈ
ਤੇ ਦੀਰਾ ਜਾਏ ਸੁੱਤੇ ਦੀਰਾ ਜਾਏ ਸੁੱਤੇ ਦੀਰਾਨ ਝੂਠੀ ਦੇ ਸਿਓ ਸਭ ਲਾਗੇ ਕਿਆ ਦਾਰਾ ਕਿਆ ਮੀਤ ਕਿਆ ਦਾਰਾ ਕਿਆ ਮੀਤ ਜਗਤ ਮੈਂ ਝੂਠੀ ਦੇ ਕੇ ਪੀਤ ਜਗਤ ਮੈਂ ਝੂਠੀ ਦੇ ਮਨ ਮੂਰਖ ਅੱਜ ਹੁਣ ਸਮਝਤ ਮਨ ਮੂਰਖ ਮਨ ਮੂਰਖ ਅੱਜ ਹੁਣ ਸਮਝਤ ਮਨ ਮੂਰਖ ਅੱਜ ਹੁਣ ਸਿਰਖ ਤੇ ਹਾਰੇ ਕਿਆ ਦਾਰਾ ਕਿਆ ਮੀਤ ਕਿਆ ਦਾਰਾ ਕਿਆ ਮੀਤ ਜਗਤ ਮੈਂ ਝੂਠੀ ਦੇ ਕੀ ਪੀਤ ਜਗਤ ਮੈਂ ਝੂਠੀ ਦੇ ਕੀ ਪੀਤ ਝੂਠੀ ਦੇ ਸਭ ਆਖੋ ਤਨ 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 ਗੁਰ ਸੋਈ ਗੁਰਮੁਖ ਨਾਨਕ ਅਰਾਧਿਆ ਗੁਰਮੁਖ ਨਾਨਕ ਸੋਈ
ਬਿਨ ਅਮਰ ਨਾ ਕੋਈ। ਮਹਲਾ ਤੀਜਾ ਆਨੰਦ ਕੁਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਗੁਰਤਾ ਪਾਇਆ ਸਹਿਬ ਸਿੱਧੀ ਮਨ ਮਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਨੀਆਂ ਸ਼ਬਦ ਗਾਉਣੇ ਆਈਆਂ ਸ਼ਬਦੋਂ ਤਗਾਵੋ ਹਰੀ ਕੇਰਾ ਮਨ ਜਨੀ ਦੁੱਖ ਸਭ ਵਿਸਾਰਨਾ ਅੰਗੀਕਾਰ ਕਰੇ ਤੇਰਾ ਕਾਰਜ ਸਭ ਸਵਾਰਨਾ ਸਭ ਨਾਗ ਲਕਸ਼ਮ ਰਤ ਸੁਆਮੀ ਸੁਖੋ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ ਕਰਨਾ ਤੇਰੇ ਸਭ ਕਿਛ ਹੈ ਜਿਸ ਦੇ ਹੈ ਸੋ ਪਾਵੇ ਸਦਾ ਸੁਖਤ ਸਲਾਹਾ ਤੇਰੀ ਨਾਮ ਮਨ ਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਵਿੱਛਾਂ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰ ਵਿਟੋ ਜਿੱਤੀਆਂ ਇਹ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਟਕਾਰ ਸੁਭਾਗੇ ਹਰ ਸੁਭਾਗੇ ਸ਼ਬਦ ਵਾਜੇ ਕਲਾ ਜਿਨ ਕਰ ਤਾਰਿਆ ਪੰਚ ਦੂਤ ਤੁਦ ਵਸ ਕੀਤੇ ਗਾਲ ਕਰਤ ਕੁਮਾਰਿਆ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖੋਵਾ ਤਿਤ ਕਰੇ ਨਹੰਗ ਵਾਜੇ ਹਰ ਤੁਸਨੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀਏ ਸੱਚੀ ਬਾਣੀ ਸੰਤ ਸਾਧਨ ਪੈ ਸੱਸੇ ਪੂਰੇ ਗੁੱਤੇ ਜਾ ਸੁਣਤੇ ਪੁਨੀਤ ਕੈ ਤੇ ਪਵਿੱਤ ਸਤਿਗੁਰ ਰਹਿਆ ਪਰ ਪੂਰੇ ਬਿਨਵੰਤ ਨਾਦ ਗੁਰ ਚਰਨ ਲਾਗੇ ਆਚੇ ਭਤੂ ਪ੍ਰੇ ਸਲੋਕ ਪਵਨ ਗੁਰੂ ਬਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖਿਲੈ ਸਗਲ ਜਗਤ ਚੰਗੀਆਂ ਬੁਰੀਆਂ ਵਾਚਾ ਤਨ ਮਹਾਦੂਰ ਕਰਮੀ ਆਪ ਆਪਣੀ ਕੇ ਨੇੜੇ ਕੇ ਦੂਰ ਜਿੰਨੀ ਨਾਮ ਤੇ ਆਇਆ ਗੈਮ ਸ਼ਕਤ ਕਾ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਤ ਜਿੰਨੀ ਨਾਮ ਤੇ ਆਇਆ ਗਈ ਮਸ਼ਕਤ ਖਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਮ ਤਾਕ ਬੋਲੋ ਜੀ ਵਾਹਿਗੁਰੂ ਇੱਕ ਓਂਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਭਗਾਵਤੀ ਜੀ ਸਹਾਈ ਵਾਰ ਸ਼੍ਰੀ ਭਗਾਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਾਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਈ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਈ ਅਰਜਨ ਹਰ ਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜਿਸ ਡਿੱਠੇ ਸ਼ਬਦ ਬਜਾਈ ਤੇਗ ਬਹਾਦਰ ਸਿਮਰੀਐ ਘਰ ਨੋ ਨਿਧਿਆ ਵੈ ਧਾਈ ਸਥਾਈ ਹੋਏ ਸਹਾਈ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਪਤਾਈ ਹੋਏ ਸਹਾਈ ਦਸਾਂ ਪਾਤਸ਼ਾਹੀਆਂ ਦੀ ਜੋਤ
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਾਰ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਬ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜੱਪੀਆਂ ਤੱਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੀਪ ਚਲਾਈ ਤੇ ਗਵਾਹੀ ਦੀ ਕਿਰਨ ਡਿੱਠ ਕੀਤਾ, ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਬਾਣੀ ਨੂੰ ਮਿੱਠਾ ਮਿੱਠਾ ਕਰਕੇ ਮੰਨਿਆ, ਤਿਨਾਂ ਸਮੂਹ ਸ਼ਹੀਦ ਸਿੰਘ ਸਿੰਘਣੀਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ, ਬੋਲੋ ਜੀ। ਪ੍ਰਿਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਦੇਖ ਤੇ ਫਤਿਹ ਬਿਰਧ ਕੀ ਪੈਜ, ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਵਾਲੇ, ਬੋਲੋ ਜੀ, ਬੋਲੋ ਜੀ। ਸਿੱਖਾਂ ਨੂੰ ਸ਼ਨਿਸ਼ਨਾਨ ਚੌਂਕੀਆਂ ਝੰਡੇ ਬੂੰਗੇ, ਜੁਗੂ ਜੁਗ ਅਟਲ ਧਰਮ ਕਾ ਜੈਕਾਰ, ਬੋਲੋ ਜੀ, ਬੋਲੋ ਜੀ। ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤ ਪਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ ਅੰਤਰ ਜਾਮੀ, ਆਪਣੇ ਪੰਥ ਦੀ ਸਦਾ ਸਹਾਈ ਦਾ ਤਾਰ ਜੀਓ। ਆਪ ਹੇ ਨਿਮਾਣਿਆਂ ਦੀ ਮਾਣ, ਨਿਤਾਣਿਆਂ ਦੀ ਤਾਣ, ਨਿਉਟਿਆਂ ਦੀ ਓਟ, ਸਤਿਗੁਰ ਸੱਚੇ ਪਾਤਸ਼ਾਹ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਦਸ ਪਾਤਸ਼ਾਹ ਕੀ ਆਤਮਿਕ ਜੋਤ, ਸੱਚੇ ਪਾਤਸ਼ਾਹ ਆਪਣੀਆਂ ਦੇ ਹਜ਼ੂਰ ਨਿਰੰਕਾਰ ਪਾਤਸ਼ਾਹ ਦਾਸ ਬੇਨਤੀ ਜੋਦੜੀ ਹੈ, ਆਪ ਜੀ ਦੇ ਵੱਲੋਂ ਮਾਤਲਬ ਵਿੱਚ ਭੇਜੇ ਗਏ ਸਵਾਸਾਂ ਦੀ ਪੂੰਜੀ ਦੇ ਕੇ ਭੇਜੇ ਹੋਏ ਮਾਤਾ ਦਿਨਾਂ ਤੋਂ ਆਪ ਜੀ ਦੇ ਚਰਨਾਂ ਵਿੱਚ ਜਾ ਵਰਾਜੇ ਸਨ ਸੱਚੇ ਪਾਤਸ਼ਾਹ, ਪਿੱਛੋਂ ਉਹਨਾਂ ਦੇ ਅੰਤਮ ਸੰਸਕਾਰ ਤੋਂ ਉਪਰੰਤ ਸੱਚੇ ਪਾਤਸ਼ਾਹ ਪਰਿਵਾਰ ਨੇ ਰਲ ਮਿਲ ਕੇ ਗੁਰਬਾਣੀ ਦੇ ਜਾਪ ਕਰਵਾਏ ਨੇ, ਦਤਾਰ ਪਾਤਸ਼ਾਹ ਗੁਰਬਾਣੀ ਦੇ ਜਾਪ ਕਰਵਾਏ ਨੇ। ਦਤਾਰ ਪਾਤਸ਼ਾਹ ਮਾਤਾ ਗੁਰਮੀਤ ਕੌਰ ਨੇ ਖੰਡੇ ਬਾਟੇ ਦੀ ਪੌਲ ਛੱਕ ਕੇ ਗੁਰਸਿੱਖੀ ਜੀਵਨ ਬਤੀਤ ਕਰਨ ਦੀ ਕੋਸ਼ਿਸ਼ ਕੀਤੀ। ਮਹਾਰਾਜ ਆਪ ਜੀ ਦਾ ਗੁਰਸਿੱਖੀ ਜੀਵਨ ਜੀਂਦਿਆਂ ਕਈ ਤਰ੍ਹਾਂ ਦੀਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ ਨੇ, ਸੱਚੇ ਪਾਤਸ਼ਾਹ ਖਿਮਾ ਕਰਨਾ ਮਹਾਰਾਜ, ਕਿਰਪਾ ਕਰਨੀ ਸਾਨੂੰ ਸਾਰਿਆਂ ਨੂੰ ਗੁਰਸਿੱਖੀ ਜੀਵਨ ਬਖਸ਼ਣਾ। ਮਾਤਾ ਜੀ ਦੇ ਨਿਵਿੱਤ ਪੜ੍ਹੀ ਹੋਈ ਬਾਣੀ ਦਾ ਭਾਵ ਉਸ ਵਿਛੜੀ ਹੋਈ ਆਤਮਾ ਨੂੰ ਬਖਸ਼ਣਾ। ਸੱਚੇ ਪਾਤਸ਼ਾਹ ਕਿਰਪਾ ਕਰਨੀ, ਆਵਾਗਾਉਣ ਦੇ ਚੱਕਰਾਂ ਵਿੱਚੋਂ ਕੱਢ ਦੇਣਾ ਸੱਚੇ ਪਾਤਸ਼ਾਹ, ਦਇਆ ਕਰਨੀ ਪਿੱਛੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ਣਾ ਸੱਚੇ ਪਾਤਸ਼ਾਹ। ਸਾਰੀਆਂ ਸੇਵਾਵਾਂ ਨਿਭਾਉਂਦਿਆਂ ਹੋਇਆਂ ਗੁਰਬਾਣੀ ਪੜ੍ਹਦਿਆਂ ਜਾਪ ਕਰਦਿਆਂ ਅਸੀਂ ਕਈ ਭੁੱਲਾਂ ਕਰ ਬੈਠੇ ਹੋਵਾਂਗੇ, ਸਾਡੀਆਂ ਅਣਜਾਣ ਜੀਵਾਂ ਦੀਆਂ ਭੁੱਲਾਂ ਬਖਸ਼ ਦੇਣੀਆਂ। ਪੜ੍ਹੀ ਸੁਣੀ ਬਾਣੀ ਦਾ ਭਾਵ ਜਿੱਥੇ ਵਿਛੜੀ ਹੋਈ ਰੂਹ ਨੂੰ ਬਖਸ਼ਣਾ, ਉੱਥੇ ਸਾਡੇ ਕਲਜੂਗੀ ਜੀਵਾਂ ਦੇ ਹਿਰਦਿਆਂ 'ਤੇ ਵਸਾਉਣਾ ਸੱਚੇ ਪਾਤਸ਼ਾਹ, ਦਇਆ ਕਰਨੀ। ਇਸ ਵੇਲੇ ਆਪ ਜੀ ਦੇ ਹਜ਼ੂਰ ਪੰਚਾ ਅੰਮ੍ਰਿਤ ਕੜਾਹ ਪ੍ਰਸ਼ਾਦ ਦੀ ਦੇਗ ਸਜ ਵੱਜ ਕੇ ਹਾਜ਼ਰ ਹੈ, ਦਰ ਪ੍ਰਵਾਨ ਹੋਵੇ, ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਣੀ ਸੱਚੇ ਪਾਤਸ਼ਾਹ। ਦਤਾਰ ਪਾਤਸ਼ਾਹ ਜੀ ਪਰਿਵਾਰ ਵੱਲੋਂ ਮ੍ਰਿਤਕ ਪ੍ਰਾਣੀ ਦੇ ਨਿਮਿੱਤ, ਮਾਤਾ ਜੀ ਦੇ ਨਿਮਿੱਤ ਜੋ ਵੀ ਤਿਲ ਫੁੱਲ ਭੇਟਾ ਆਈ ਹੈ ਦਰ ਪ੍ਰਵਾਨ ਕਰ ਲੈਣੀ, ਦਾਰਾਈ ਸੰਗਤ ਦੀ ਹਾਜ਼ਰੀ ਦਰ ਪ੍ਰਵਾਨ ਕਰਨੀ, ਮਹਾਰਾਜ ਕਿਰਪਾ ਕਰਨੀ, ਕਦਮ ਕਦਮ ਚੱਲਿਆ ਲੇਖੇ ਲਾਉਣਾ। ਇਸ ਵੇਲੇ ਪਾਵਨ ਪਿੱਤਰ ਹੁਕਮਾਂ ਦੀ ਦਾਤ ਬਖਸ਼ੋ, ਉਪਰੰਤ ਸਿੱਖ ਸੰਗਤਾਂ ਨੂੰ ਛੁੱਟੀਆਂ ਬਖਸ਼ਣੀਆਂ, ਕਿਰਪਾ ਕਰਨੀ,
ਦੇਹੋ ਸੱਜਣਾ ਸੀਸੜੀਆ ਜੋ ਹੋਵੇ ਸਾਹਿਬ ਸੋ ਮੇਲ ਦੇ ਮਹਾਂਵਾਕਾਂ ਸਿਰ ਕਿਰਪਾ ਕਰੋ ਸੁਖ ਹੋਵੇ ਨਾਮ ਚਿਤਿਆ ਵਿਨਾਨ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਗਿਆ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲ ਬੋਚ ਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸ਼ਰਧਾ ਕਰ ਸੇਵ ਦੇ ਜੋ ਸ਼ਰਧਾ ਕਰ ਸੇਵ ਦੇ ਗੌਰਵ ਪਾਰ ਉਤਾਰਨ ਹਾਰ ਬੋਲੇ ਸੋ ਨਿਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾਲ ਕਲਮ ਹੁਕਮ ਹੱਥ ਕਹੋ ਕੌਣ ਮਿਟ ਸਕੇ ਇਸ ਬਿਆਨ ਗਿਆਨ ਧਿਆਨ ਧਰਤ ਹੀ ਹੈ ਚਾਹੇ ਜੀਓ ਸਤ ਸਾਚ ਸ੍ਰੀਨਿਵਾਸ ਆਦਿ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਵਾਹੇ ਜੀਓ ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ ਜੋ ਤਿਸ ਭਾਵ ਹੈ ਨਾਨਕਾ ਸਾਈ ਗੱਲ ਚੰਗੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਧਨਾਸਰੀ ਮਹਿਲਾ ਪੰਜਵਾਂ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਤੁਮ ਦਾਤੇ ਠਾਕੁਰ ਪ੍ਰਤਪਾਲਕ ਨਾਇਕ ਖਸਮ ਹਮਾਰੇ ਨਿਮਖ ਨਿਮਖ ਤੁਮ ਹੀ ਪ੍ਰਤਪਾਲ ਹੋ ਹਮ ਬਾਰਕ ਤੁਮਰੇ ਧਾਰੇ ਜਿਹਵਾ ਏਕ ਕਵਨ ਗੁਣ ਕਹੀਐ ਬੇਸੁਮਾਰ ਬੇਅੰਤ ਸੁਆਮੀ ਤੇਰੋ ਅੰਤ ਨਾ ਕਿਨਹੀ ਲਹੀਐ ਰਹਾ ਕੋਟ ਪਰਾਧ ਹਮਾਰੇ ਖੰਡ ਹੋ ਅਨਕ ਵਿਧੀ ਸਮਝਾਵੋ ਹਮ ਅਗਿਆਨ ਅਲਪ ਮਤ ਥੋਰੀ ਤੁਮ ਆਪਣਾ ਬਿਰਧ ਰਖਾਵੋ ਤੁਮਰੀ ਸਰਨ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸਜਨ ਸੁਹੇਲੇ ਰੱਖੋ ਰਾਖਣ ਹਾਰ ਦਿਆਲਾ ਨਾਨਕ ਘਰ ਕੇ ਗੋਲੇ
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੱਖਰਾ ਹੁੰਦਾ ਸਾਡੀ ਜ਼ਿੰਦਗੀ ਦੇ ਵਿੱਚ। ਕਿਸੇ ਵੇਲੇ ਅਸੀਂ ਬੱਚੇ ਦੇ ਜਨਮ ਦਿਨ ਦੇ ਵਾਲੇ ਦਿਨ ਨਾਰ ਖਾਉਣ ਵਾਸਤੇ ਸਤਿਗੁਰ ਪਾਤਸ਼ਾਹ ਦੀ ਹਜ਼ੂਰੀ ਵਿੱਚ ਜਾਂਦੇ ਹਾਂ। ਦੂਜਾ ਜ਼ਿੰਦਗੀ 'ਚ ਪੜਾਅ ਆਉਂਦਾ ਉਹੀ ਪ੍ਰਾਣੀ, ਚਾਹੇ ਮਾਈ ਹੋਵੇ ਭਾਈ ਹੋਵੇ, ਉਹ ਆਨੰਦ ਕਾਰਜ ਵਾਲੇ ਦਿਨ ਜੁੜਾਨ ਹੁੰਦੀ ਹੈ। ਗੀਤ ਕੌਰ ਜੀ ਦੇ ਚਲੇ ਜਾਣ ਤੋਂ ਬਾਅਦ ਬਹੁਤੀ ਵਾਰ ਬੇਸ਼ੱਕ ਭਾਵੇਂ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠਣ ਦਾ ਸੁਭਾਗ ਸਮਾਂ ਸਾਨੂੰ ਨਾ ਪ੍ਰਾਪਤ ਹੋਵੇ, ਪਰ ਇਹ ਤਿੰਨ ਸਾਡੇ ਸਿੱਖ ਵੀਰਾਂ ਦੇ ਬਜ਼ੁਰਗਾਂ ਦੇ ਹਿੱਸੇ ਆਉਂਦੀਆਂ ਨੇ ਬਾਤਾਂ, ਜਨਮ, ਆਨੰਦ ਅਤੇ ਮੌਤ, ਮ੍ਰਿਤਕ ਸੰਸਕਾਰ। ਤੂੰ ਸਤਿਗੁਰ ਪਾਤਸ਼ਾਹ ਜੀ ਦਾ ਬਚਨ ਫਰੀਦਾ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਣਿਓ ਏ ਤੈਂ ਪਾਸ਼ੇ ਸਭ ਲੱਦ ਗਏ, ਤੂੰ ਅਜੇ ਨਾ ਪਤੀਣਿਓ। ਭਾਵ ਅੱਜ ਜਿਹੜੇ ਮਾਤਾ ਗੁਰਮੀਤ ਕੌਰ ਜੀ, ਜਿਹੜੇ ਇਹਨਾਂ ਦੇ ਪੁੱਤਰ ਨੇ, ਧੀਆਂ ਨੇ, ਜਾਂ ਅਸੀਂ ਸਾਖ ਸੰਬੰਧੀ ਹਾਂ, ਅਸੀਂ ਇਕੱਲਾ ਇੱਥੇ ਭਾਈ ਨਿਰਮਲ ਸਿੰਘ ਦੀ ਜੀ ਹੁਣਾਂ ਦੇ ਸੱਦੇ 'ਤੇ ਜਾਂ ਇਹਨਾਂ ਨਾਲ ਜਿੱਥੇ ਦੁੱਖ ਸਾਂਝਾ ਕਰਨ ਆਏ ਹਾਂ, ਉੱਥੇ ਅਸੀਂ ਇਹ ਵੀ ਸੋਚਣਾ ਹੈ ਕਿ ਜਿਹੜਾ ਭਾਣਾ ਮਾਤਾ ਜੀ ਨਾਲ ਵਾਪਰਿਆ ਕਿ ਕਿਤੇ ਸਾਡੇ ਨਾਲ ਵੀ ਵਾਪਰੇਗਾ, ਕਿਉਂਕਿ ਤਾਂ ਹੀ ਬਾਬਾ ਫਰੀਦ ਜੀ ਨੇ ਸਾਨੂੰ ਦੱਸਿਆ ਫਰੀਦ ਦਾ ਕਿੱਥੇ ਤੈਂਡੇ ਮਾਪਿਆਂ। ਅੱਜ ਸਾਡੇ ਮਾਪੇ ਮਾਤਾ ਦੇ ਰੂਪ ਵਿੱਚ, ਮਾਤਾ ਗੁਰਮੀਤ ਕੌਰ ਜੀ, ਸਰਦਾਰ ਨਿਰਮਲ ਸਿੰਘ ਜੀ ਹੁਣਾਂ ਦੀ ਮਾਤਾ, ਸਵਰਗਵਾਸੀ ਸਰਦਾਰ ਕੁਲਵਿੰਦਰ ਸਿੰਘ ਜੀ ਹੁਣਾਂ ਦੀ ਮਾਤਾ, ਇਹ ਚਲੇ ਗਏ ਨੇ, ਅਤੇ ਇੱਕ ਦਿਨ ਸੱਜਣੋ ਸਾਨੂੰ ਵੀ ਇੱਥੋਂ ਜਾਣਾ ਪੈਣਾ ਹੈ। ਇਹ ਜਿਹੜਾ ਅੱਜ ਬੜੀਆਂ ਬੜੀਆਂ ਮਹਾਨ ਸ਼ਖਸੀਅਤਾਂ, ਪਾਰਟੀਆਂ ਦੇ ਲੀਡਰ ਸਾਹਿਬਾਨ, ਧਾਰਮਿਕ, ਸਮਾਜਿਕ, ਰਾਜਨੀਤਿਕ ਸਾਰੇ ਆਏ ਨੇ, ਪਰਿਵਾਰ ਵੱਲੋਂ, ਦਾਸਾਂ ਦੇ ਜਥੇ ਵੱਲੋਂ, ਸਾਰੀ ਸੰਗਤ ਦਾ, ਸਾਰੇ ਰਾਜਨੀਤਿਕ ਲੀਡਰਾਂ ਦਾ, ਸਮੁੱਚਾ ਜੀ ਆਇਆਂ ਤਹਿ ਦਿਲੋਂ ਸ਼ੁਕਰਗੁਜ਼ਾਰ ਕਰਦੇ ਹਾਂ ਜਿਨ੍ਹਾਂ ਨੇ ਸਰਦਾਰ ਨਿਰਮਲ ਸਿੰਘ, ਸਵਰਗੀ ਸਰਦਾਰ ਕੁਲਵਿੰਦਰ ਸਿੰਘ ਜੀ ਹੁਣਾਂ ਦੀ ਮਾਤਾ ਦੇ ਅੰਤਮ ਅਰਦਾਸ ਵਿੱਚ ਸ਼ਾਮਿਲ ਹੋ ਕੇ ਆਪਣੇ ਰਜੀਵਿਆਂ ਭਰੀ ਜ਼ਿੰਦਗੀ ਨੂੰ ਕੱਢ ਕੇ ਦੁੱਖ ਦੇ ਨਾਲ ਸਾਂਝੇ ਹੋਏ ਹਾਂ, ਸ਼ਰੀਕ ਕੀਤਾ। ਉੱਥੇ ਹੀ ਭਾਈ ਰਾਜਵੀਰ ਸਿੰਘ ਪੋਤਰਾ ਮਾਤਾ ਜੀ ਦਾ, ਅਤੇ ਬਲਜੀਤ ਕੌਰ ਜੋ ਕਨੇਡਾ ਵਿੱਚ ਕਿਰਤ ਕਮਾਈ ਕਰਨ ਵਾਸਤੇ ਗਏ ਨੇ, ਜਿਹੜੇ ਪੁੱਤਰੀ ਹੈਗੇ ਨੇ ਮਾਤਾ ਜੀ, ਇਹ ਸਾਰੇ ਹੀ ਪਰਿਵਾਰ ਨੂੰ ਅਸੀਂ ਸਮੂਹ ਸੰਗਤ ਵੱਲੋਂ ਵਿਸ਼ਵਾਸ ਦਿਵਾਉਂਦੇ ਹਾਂ ਕਿ ਦੁੱਖ ਦੀ ਘੜੀ ਦੇ ਵਿੱਚ ਅਸੀਂ ਸਾਰੇ ਹੀ ਤੁਹਾਡੇ ਨਾਲ ਸ਼ਾਮਿਲ ਹਾਂ। ਔਰ ਨਾਲ ਦੀ ਨਾਲ ਅਸੀਂ ਸਾਰਿਆਂ ਨੇ ਸੇਧ ਲੈਣੀ ਹੈ ਕਿ ਜਿੱਦਾਂ ਅੱਜ ਪ੍ਰਾਣ ਪੰਖੇਰੂ ਨੂੰ ਛੱਡ ਕੇ ਮਾਤਾ ਜੀ ਚਲੇ ਗਏ ਨੇ, ਅਸੀਂ ਵੀ ਜਾਣਾ, ਅਤੇ ਅਸੀਂ ਅਰਦਾਸ ਕਰਨੀ ਹੈ ਸਤਿਗੁਰ ਪਾਤਸ਼ਾਹ ਦੇ ਚਰਨਾਂ ਵਿੱਚ ਕਿ ਸੱਚੇ ਪਾਤਸ਼ਾਹ, ਕਿਉਂਕਿ ਸਾਡੇ ਧਰਮ ਵਿੱਚ ਥੋੜ੍ਹੀ ਜਿਹੀ ਕਮੀ ਆ ਗਈ ਹੈ। ਜਿਹੜੇ ਈਸਾਈ ਵੀਰ ਨੇ ਉਹਨਾਂ ਨੇ ਇੱਕ ਚਰਚ ਵਿੱਚ ਛੋਟਾ ਕਮਰਾ ਬਣਾਇਆ, ਉੱਥੇ ਜਾ ਕੇ ਹਰ ਇਨਸਾਨ ਦਿਨ ਦੀਆਂ ਜੇ ਸਵੇਰੇ ਜਾਂਦਾ ਹੈ ਅਤੇ
ਪਹਿਲੇ ਦਿਨ ਦੀਆਂ ਜੇ ਸ਼ਾਮ ਨੂੰ ਜਾਂਦਾ ਤੇ ਸਾਰੇ ਦਿਨ ਦੀਆਂ ਜਾ ਕੇ ਜਿਹੜੇ ਗੁਨਾਹ ਨੇ ਉਹ ਕਬੂਲ ਕਰਦਾ ਹੈ ਕਿ ਮੇਰੇ ਕੋਲ ਆਹ ਜਿਹੜਾ ਸਾਰੇ ਦਿਨ 'ਚ ਵਾਧਾ ਘਾਟਾ ਹੋਇਆ, ਖੁਦਾ ਗੌਡ ਜਾਂ ਕ੍ਰਾਈਸਿਸ ਜੋ ਵੀ ਉਹ ਕਹਿੰਦੇ ਨੇ ਕਿ ਸਾਡਾ ਇਹ ਖਿਮਾ ਕਰ ਲਿਓ। ਪਰ ਸਾਡੇ ਸਿੱਖ ਸਮਾਜ ਵਿੱਚ ਇੱਕ ਇਹੋ ਜਿਹੀ ਫਿਸਰਤ ਆ ਗਈ ਹੈ ਕਿ ਅੱਜ ਸਾਡੇ ਵਿੱਚ ਇਹ ਕਮੀ ਆ ਗਈ ਹੈ। ਅਸੀਂ ਗੁਰੂ ਨੂੰ ਸਿੱਖਣ ਵਾਲੀ ਜਿਹੜੀ ਗੁਰਕੀ ਮਤ ਤੋਂ ਲੈ ਆਉਣੇ ਵਾਲੀ ਗੱਲ ਭੁੱਲ ਕੇ ਅਤੇ ਗੁਰੂ ਨੂੰ ਸਿਖਾਉਣ ਤੁਰ ਪਏ ਹਾਂ ਅਤੇ ਗੁਰੂ ਕੋਲੋਂ ਅਸੀਂ ਸੇਧ ਨਹੀਂ ਲੈਂਦੇ ਕਿ ਸਾਡੇ ਜੀਵਨ ਵਿੱਚ ਜੋ ਸਾਡੇ ਕੋਲੋਂ ਗਲਤੀਆਂ ਭੁੱਲਾਂ ਹੋਈਆਂ। ਅਰਦਾਸ ਕਰੀਏ ਅੱਜ ਕਿ ਮਹਾਰਾਜ ਸਾਨੂੰ ਸੁਚੱਜਾ ਚੰਗਾ ਜੀਵਨ ਬਖਸ਼ੋ, ਜੇ ਸਾਡੇ ਕੋਲ ਕੋਈ ਬੁਰਾਈ ਹੋਈ ਹੈ ਤਾਂ ਸਾਨੂੰ ਸੁਧਾਰ ਕਰਨ ਦਾ ਮੌਕਾ ਦਿਓ, ਕਿਉਂਕਿ ਮਹਾਰਾਜ ਕਹਿੰਦੇ ਗੁਰ ਕੀ ਮਤ ਨੂੰ ਲੈ ਆਣੇ ਭਗਤ ਬਿਨਾਂ ਮੋ ਡੂਬੇ ਸਿਆਣੇ। ਸੋ ਮਾਤਾ ਜੀ ਦੇ ਨਿਮਿੱਤ ਹਰੀਜਨ ਧਰਮਸ਼ਾਲਾ ਗੁਰਦੁਆਰਾ ਸਿੰਘ ਸਭਾ ਸਾਲਾ ਨਗਰ ਪ੍ਰਾਇਮਰੀ ਸਕੂਲ ਸਾਲਾ ਨਗਰ ਵਾਸਤੇ ਗੁਪਤ ਰੂਪ ਵਿੱਚ ਮਾਇਆ ਅਰਦਾਸ ਕਰਾਈ ਹੈ ਮਾਤਾ ਜੀ ਨੇ। ਇਹ ਵੀ ਚੰਗਾ ਕਦਮ ਹੈ, ਜਿਹੜੇ ਅਸੀਂ ਬਿਸਤਰੇ ਜਾਂ ਹੋਰ ਅਡੰਬਰ ਕਰਦੇ ਹਾਂ, ਗਰੜ ਪ੍ਰਾਣ ਸਾਡੇ ਵਿੱਚ ਕਾਫੀ ਭਾਰੂ ਹੋ ਗਿਆ, ਇਹ ਜਿਹੜੀ ਮਾਇਆ ਕਿੰਨੀ ਵੀ ਹੈ ਜੋ ਵੀ ਹੈ, ਜੇ ਸਰਕਾਰੀ ਪ੍ਰਾਇਮਰੀ ਸਕੂਲ 'ਚ ਬੱਚਿਆਂ ਨੂੰ ਲੱਗੇਗੀ, ਗੁਰਦੁਆਰਾ ਸਾਹਿਬ ਦੇ ਕਿਸੇ ਕਾਰਜ ਆਵੇਗੀ, ਉਹਦਾ ਫਾਇਦਾ ਹੋ ਜਾਊਗਾ। ਨਹੀਂ ਤਾਂ ਅਸੀਂ ਗਰੜ ਪ੍ਰਾਣ ਦੀਆਂ ਰੀਤਾਂ ਨੂੰ ਕਰਕੇ ਰਜਾਈਆਂ, ਕੰਬਲ, ਥਾਲੀ, ਕੌਲੀ, ਗਲਾਸ, ਇਹ ਜਿਹੜੇ ਸਾਡੇ ਜ਼ਿੰਦਗੀ ਜਿਉਣ ਦੇ ਜੇ ਰਜਾਈ ਆ ਤਾਂ ਉਹ ਅਸੀਂ ਜੀਂਦੇ ਜੀ ਉਹਦਾ ਨਿੱਘ ਮਾਣ ਸਕਦੇ ਹਾਂ। ਜੇ ਕੌਲੀ ਗਲਾਸ ਆ ਤਾਂ ਉਹਦੇ ਨਾਲ ਅਸੀਂ ਜੀਂਦੇ ਜੀ ਖਾ ਸਕਦੇ ਹਾਂ, ਕਿਉਂਕਿ ਆਪਾਂ ਆਪਣੇ ਸਾਹਮਣੇ ਹੀ ਆਪਣੇ ਬਾਪ ਨੂੰ ਆਪਣੇ ਮਾਤਾ ਨੂੰ ਸੰਸਕਾਰ ਕਰਕੇ ਆਉਂਦੇ ਹਾਂ। ਕੌਲੀਆਂ ਗਲਾਸਾਂ ਵਾਲੇ ਚੱਕਰਾਂ 'ਚੋਂ ਜਿਹੜੇ ਨਿਕਲੇ ਨੇ ਇਹਨਾਂ ਦਾ ਧੰਨਵਾਦ। ਸੋ ਅੰਤ ਵਿੱਚ ਫਿਰ ਤੋਂ ਸਾਰੀਆਂ ਸੰਗਤਾਂ ਦਾ ਕੋਟਾਨ ਕੋਟ ਇੱਥੇ ਆਉਣ 'ਤੇ ਧੰਨਵਾਦ। ਜੀਆਂ ਨੂੰ ਗੁਰੂ ਕੇ ਲੰਗਰ ਤਿਆਰ ਨੇ, ਕਿਉਂਕਿ ਪਰਿਵਾਰ ਨੇ ਸੋਚਿਆ ਕਿ ਅਸੀਂ ਕਿਸੇ ਤਰ੍ਹਾਂ ਦਾ ਰਾਜਨੀਤਿਕ ਜਾਂ ਕੋਈ ਹੋਰ ਗੱਲ ਨਹੀਂ ਕਰਨੀ, ਸਾਰੇ ਹੀ ਸਿਆਸੀ ਵੀਰਾਂ ਦਾ, ਸਾਰੇ ਹੀ ਧਾਰਮਿਕ ਵੀਰਾਂ ਦਾ ਕੋਟਾਨ ਕੋਟ ਸ਼ੁਕਰ ਹੈ ਜਿਨ੍ਹਾਂ ਨੇ ਇੱਥੇ, ਸਭ ਤੋਂ ਵੱਧ ਧੰਨਵਾਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਜਿਨ੍ਹਾਂ ਨੇ ਸਾਨੂੰ ਇਹ ਮੌਕਾ ਬਖਸ਼ਿਆ ਕਿ ਅਸੀਂ, ਕਿਉਂਕਿ ਇੱਕ ਸਿੱਖ ਕੌਮ ਐਸੀ ਹੈ ਜਿਹੜੀ ਜਨਮ ਵੇਲੇ ਵੀ ਆਨੰਦ ਪਿਆ ਮੇਰੀ ਮਾਂ ਏ, ਆਨੰਦ ਕਾਰਜ ਵੇਲੇ ਵੀ ਆਨੰਦ ਪਿਆ ਮੇਰੀ ਮਾਂ ਏ ਅਤੇ ਮੌਤ ਵੇਲੇ ਵੀ ਆਨੰਦ ਪਿਆ ਮੇਰੀ ਮਾਂ ਏ। ਆਨੰਦ 'ਚ ਹੀ ਰਹਿੰਦੇ ਨੇ ਇਹ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਆਪਾਂ ਆਣ ਕੇ ਬੈਠੇ ਹਾਂ, ਜੁੜੇ ਹਾਂ, ਸਾਰਿਆਂ ਦਾ ਤਹਿ ਦਰੋਂ ਸ਼ੁਕਰ ਗੁਜ਼ਾਰ ਹਾਂ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਕੜਾਹ ਪ੍ਰਸ਼ਾਦ ਦੀ ਦੇਗ ਵਰਤਾਉਣੀ ਹੈ, ਨਾਲ ਦੀ ਨਾਲ ਆਪਾਂ ਜਾਪ ਕਰਨਾ ਹੈ। ਉਸ ਤੋਂ ਉਪਰੰਤ ਸਤਿਗੁਰ ਪਾਤਸ਼ਾਹ ਜੇ ਤੁਸੀਂ ਇਸ ਬੇਨਤੀ ਨੂੰ ਮੰਨੋ, ਕਿਉਂਕਿ ਅੱਜ ਛੋਟੇ ਤੋਂ ਛੋਟਾ ਕੋਈ ਘਰ 'ਚ ਸਾਡੇ ਮਹਿਮਾਨ ਆਵੇ ਅਸੀਂ ਉਹਨੂੰ ਸੀ ਓਫ ਕਰਦੇ ਹਾਂ, ਛੱਡਣ ਜਾਂਦੇ ਹਾਂ, ਅਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਸਵਾਰੀ ਦਾ ਸਵਾਲ ਆਉਂਦਾ ਅਤੇ ਜਾਦੇ ਲੋਕ ਅਸੀਂ ਪਿੱਠ ਦੇ ਕੇ ਚੱਲ ਜਾਂਦੇ, ਮੈਂ ਬੇਨਤੀ ਕਰੂੰਗਾ ਜਦੋਂ ਕੜਾਹ ਪ੍ਰਸ਼ਾਦੀ ਦੇਗ ਵਰਤਾਈ ਜਾ ਰਹੀ, ਨਾਲ ਦੀ ਨਾਲ ਗ੍ਰੰਥੀ ਸਿੰਘ ਸੁੱਖ ਆਸਣ ਕਰ ਦੇਣ ਅਤੇ ਆਪਾਂ ਮਹਾਰਾਜ ਸਾਹਿਬ ਪਹਿਲਾਂ ਚਲੇ ਜਾਣਗੇ ਆਪਣੇ ਹਰਿਮੰਦਰਾਂ ਵੱਲ, ਅਤੇ ਆਪਾਂ ਸਾਰਿਆਂ ਨੇ ਜਿਹੜਾ ਗੁਰੂ ਕਾ ਲੰਗਰ ਹੈ ਛੱਕ ਕੇ ਜਾਣ ਦੀ ਖਿਚਲਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ।